टीम न्यूज़ वेले दे उत्ते सरबत खालसा सद्या जावे। मैं सिख संगत नूं अपील करदा देशां विदेशां दे विचों जिथे जिथे भी सिख संगत बैठियां ने ओह वध चढ़ के सरबत खालसा जिहड़ा विसाखी ते होवे उहदे च हिस्सा पाउण ते उत्थे साडे कौम दे मसलिआं दी गलबात होवे, क्योंकि बहुत लंबे समय तों साडी जिहड़ी कौम है ਉਹ ਵੱਖ ਵੱਖ ਮਸਲਿਆਂ ਤੇ ਛੋਟੇ ਮੋਟੇ ਮੋਰਚੇ ਲਾ ਕੇ ਉਲਝ ਰਹੀ ਹੈ। ਸੋ ਸਾਨੂੰ ਇਹ ਚਾਹੀਦਾ ਵੀ ਜੇ ਅਸੀਂ ਪੰਜਾਬ ਦੇ ਮਸਲੇ ਹੱਲ ਕਰਾਉਣੇ ਆ, ਜੇ ਫੜੋ ਫੜਾਈ ਕੀਤੀ ਗਏ ਨੌਜਵਾਨ ਅਸੀਂ ਛਡਾਉਣੇ ਆ, ਜਿਹੜਾ ਹਕੂਮਤ ਨੇ ਧੱਕਾ ਕੀਤਾ ਹੈ ਪ੍ਰਧਾਨ ਮੰਤਰੀ ਬਾਜੇ ਵਰਗੇ ਸਧਾਰਨ ਸਿੱਖਾਂ ਦੇ ਉੱਤੇ, ਕਿਉਂਕਿ ਉਹ ਨਿਖੰਡੇ ਬਾਟੇ ਦੀ ਪੌਲਿਸ਼ ਹੈਗੀ ਸਿਰਫ ਇਸ ਕਰਕੇ ਉਹਨੂੰ NSA ਲਾ ਕੇ ਆਸਾਮ ਭੇਜਿਆ, ਮੇਰੇ ਹੋਰ ਸੰਗੀਆਂ ਸਾਥੀਆਂ ਨੂੰ ਆਸਾਮ ਭੇਜਿਆ ਗਿਆ, ਹੋਰਨਾਂ ਨੂੰ ਫੜ ਕੇ ਜੇਲ੍ਹਾਂ 'ਚ ਤੁੰਨਿਆ ਗਿਆ। ਸੋ ਇਸ ਕਰਕੇ ਇਹ ਸਿਰਫ ਜ਼ੁਲਮ ਹੈ। ਇਹ ਸਾਨੂੰ ਪਤਾ ਤਾਂ ਹੈ ਵੀ ਜਿਸ ਮਾਰਗ 'ਤੇ ਅਸੀਂ ਤੁਰੇ ਹਾਂ ਉੱਥੇ ਸਾਰਾ ਕੁਛ ਸਾਨੂੰ ਸਹਿਣਾ ਪੈਣਾ, ਪਰ ਇਹਦੇ ਖਿਲਾਫ਼ ਆਵਾਜ਼ ਚੁੱਕਣੀ ਸਾਡਾ ਕੌਮੀ ਫਰਜ਼ ਹੈ। ਸੋ ਮੈਂ ਸਾਰੀ ਸਿੱਖ ਕੌਮ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦਿਆਂ ਨੂੰ ਅਪੀਲ ਕਰਦਾ ਹੈ ਵੀ ਜਿਹੜਾ ਸਰਬੱਤ ਖਾਲਸਾ ਵਿਸਾਖੀ 'ਤੇ ਹੋਣਾ ਚਾਹੀਦਾ, ਜਥੇਦਾਰ ਸਾਹਿਬ ਇਸ 'ਤੇ ਗੌਰ ਕਰਨ, ਕਿਉਂਕਿ ਜਿਹੜੇ ਆਪਾਂ ਜਥੇਦਾਰ ਸਾਹਿਬ ਨੇ ਕਿਹਾ ਕਿ ਆਪਾਂ ਵਹੀਰਾਂ ਕੱਢਾਂਗੇ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ, ਮੇਰੀ ਜਥੇਦਾਰ ਸਾਹਿਬ ਨੂੰ ਬੇਨਤੀ ਹੈ ਵੀ ਲੋਕ ਬਹੁਤ ਜਾਗਰੂਕ ਨੇ, ਲੋਕਾਂ ਦੇ ਮਨ 'ਚ ਜਿਹੜਾ ਹਕੂਮਤ ਨੇ ਪੈ ਖੜਾ ਕੀਤਾ ਇਹਨੂੰ ਤੋੜਨ ਵਾਸਤੇ ਜ਼ਰੂਰੀ ਹੈ ਕਿ ਜਥੇਦਾਰ ਸਾਹਿਬ ਅੱਗੇ ਆ ਕੇ ਆਪ ਇਸ ਸਾਰੇ ਕਾਸੇ ਦੀ ਅਗਵਾਈ ਕਰਨ, ਹੋਰਨਾਂ ਸਮੂਹ ਸਿੱਖ ਜਥੇਬੰਦੀਆਂ ਚਾਹੇ ਉਹ ਦਲ ਪੰਥ ਹੋਣ, ਸੰਪਰਦਾਵਾਂ ਹੋਣ, ਟਕਸਾਲਾਂ ਹੋਣ, ਜਿਹੜੀਆਂ ਵੀ ਸਿੱਖ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਵੀ ਉਹ ਵੀ ਇਹ ਸਰਬੱਤ ਖਾਲਸੇ 'ਚ ਵੱਧ ਚੜ੍ਹ ਕੇ ਹਿੱਸਾ ਪਾਉਣ। ਇਹ ਸਰਬੱਤ ਖਾਲਸਾ ਉਹੋ ਜਿਹਾ ਸਰਬੱਤ ਖਾਲਸਾ ਹੋਣਾ ਚਾਹੀਦਾ ਜਿੱਥੇ ਇੱਕ ਸਮੇਂ ਅਬਦਾਲੀ ਨੇ ਵੱਡਾ ਘੱਲੂਘਾਰਾ ਕੀਤਾ ਸੀ ਅਤੇ ਉਹ ਤੋਂ ਬਾਅਦ 'ਚ ਸਰਬੱਤ ਖਾਲਸਾ ਅਕਾਲ ਤਖ਼ਤ ਸਾਹਿਬ 'ਤੇ ਹੋਇਆ ਸੀ। ਉੱਥੇ ਦਰਬਾਰ ਸਾਹਿਬ ਕੋਈ ਸਿੱਖ ਐਸਾ ਨਹੀਂ ਸੀ ਜਿਹੜਾ ਘਰਾਂ 'ਚ ਰਹਿ ਗਿਆ ਹੋਵੇ, ਜਿਹੜੇ ਤੁਰ ਨਹੀਂ ਸੀ ਸਕਦੇ ਉਹ ਵੀ ਰੇੜ ਦੇ ਉੱਥੇ ਪਹੁੰਚੇ ਸੀ। ਸੋ ਮੇਰੀ ਸੰਗਤਾਂ ਨੂੰ ਇਹ ਅਪੀਲ ਹੈ ਵੀ ਜੇ ਆਪਾਂ ਪੰਜਾਬ ਦੀ ਜਵਾਨੀ ਬਚਾਉਣੀ ਹੈ, ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਆਓ ਇਸ ਸਰਬੱਤ ਖਾਲਸੇ ਦਾ ਜਿਹੜਾ ਹਿੱਸਾ ਬਣੀਏ ਤੇ ਉੱਥੇ ਆਪਣੇ ਕੌਮੀ ਹੱਕ ਜਿਹੜੇ ਆ ਉਹ ਲਈਏ। ਬਾਕੀ ਜਿਹੜੀ ਗ੍ਰਿਫਤਾਰੀ ਦੀ ਗੱਲ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੱਥ ਹੈ। ਮੈਂ ਚੜ੍ਹਦੀ ਕਲਾਂ 'ਚ ਹਾਂ, ਕੋਈ ਮੇਰਾ ਵਾਰਨਿੰਗਾ ਨਹੀਂ ਕਰ ਸਕਿਆ। ਸਤਿਗੁਰ ਸੱਚੇ ਪਾਤਸ਼ਾਹ ਨੇ ਵਿਖੜੇ ਪੈਂਡੇ ਤੇ ਤੋਰਿਆ, ਪ੍ਰੀਖਿਆ ਲਈ ਹੈ, ਪਰ ਉਸ ਮਾਲਕ ਨੇ ਚੋਜੀ ਪ੍ਰੀਤਮ ਨੇ ਬਹੁਤ ਸਾਥ ਦਿੱਤਾ ਹੈ। ਐਸਾ ਉਹਨੇ ਮੇਰ ਕਿਰਪਾ ਕੀਤੀ ਹੈ ਵੀ ਜਿਹੜੀ ਬਿਆਨ ਤੋਂ ਬਾਹਰ ਹੈ ਏਡੇ ਵੱਡੇ ਘੇਰੇ ਤੋਂ ਨਿਕਲ ਜਾਣਾ, ਇਹ ਬੜੀ ਵੱਡੀ ਦਿਆਨਦਾਰੀ ਸੀ ਸਤਿਗੁਰੂ ਸੱਚੇ ਪਾਤਸ਼ਾਹ ਦੀ।